ਐਕਸਰਸਾਈਜ਼ ਕੋਈ ਜ਼ਿਆਦਾ ਹੀ ਹੋ ਗਈ। ਚਲੋ ਵੀਰੇ ਆਪਾਂ ਜੂਸ ਪੀਣ ਚੱਲਦੇ ਹਾਂ। ਫਿਰ ਜੂਸ ਪੀਏਗਾ? ਹਾਂਜੀ, ਤਾਂ ਫਿਰ ਤੈਨੂੰ ਅੱਜ ਜੂਸ ਪਿਲਾ ਕੇ ਲਿਆਉਂਦੇ ਹਾਂ। ਚਲੋ ਚੱਲੀਏ। ਅੱਜ ਤਾਂ ਗਰਮੀ ਬਹੁਤ ਹੈ ਯਾਰ। ਦੋ ਬਨਾਨਾ ਸ਼ੇਕ ਲਾ ਜੀ। ਠੀਕ ਹੈ ਜੀ। ਨਹੀਂ ਨਹੀਂ, ਬਨਾਨਾ ਸ਼ੇਕ ਨਹੀਂ ਪੀਣਾ, ਹੋਰ ਜਿਹੜਾ ਮਰਜ਼ੀ ਮੰਗਾ ਲਾ, ਬਨਾਨਾ ਸ਼ੇਕ ਨਹੀਂ ਪੀਣਾ। ਕਿਉਂ ਨਹੀਂ ਪੀਣਾ? ਉਹ ਬਨਾਨਾ ਖਰਾਬ ਕਰਦਾ ਮੈਨੂੰ। ਕਿਵੇਂ ਖਰਾਬ ਕਰਦਾ? ਮੈਂ ਤਾਂ ਖਰਾਬ ਨਹੀਂ ਕਰਦਾ, ਮੈਨੂੰ ਐਲਰਜੀ ਹੋਣ ਲੱਗ ਗਈ। ਬਨਾਨੇ ਤੋਂ ਐਲਰਜੀ ਹੋਣ ਲੱਗ ਗਈ? ਹਾਂ। ਉਹ ਕਿਵੇਂ, ਕੀ ਕਾਰਨ ਹੈ? ਉਹ ਹੁਣ ਤੈਨੂੰ ਮੈਂ ਅਸਲੀ ਗੱਲ ਕੀ ਦੱਸਾਂ? ਦੱਸ ਵੀਰੇ, ਘਬਰਾ ਨਾ, ਦੱਸ ਤੂੰ ਕੀ ਹੋਇਆ? ਬਵਾਸੀਰ ਹੋ ਗਈ ਮੈਨੂੰ। ਹੈ? ਬਵਾਸੀਰ ਹੋ ਗਈ? ਹਾਂ, ਡਾਕਟਰ ਨੇ ਕਿਹਾ ਕਿ ਕੇਲਿਆਂ ਨਾਲ ਬਵਾਸੀਰ ਵੱਧਦੀ ਹੈ, ਕੇਲਾ ਨਹੀਂ ਖਾਣਾ। ਕੇਲਿਆਂ ਨਾਲ ਬਵਾਸੀਰ ਵੱਧਦੀ ਹੈ? ਹਾਂ। ਕੇਲਿਆਂ ਨਾਲ ਬਵਾਸੀਰ ਵੱਧਦੀ ਹੈ? ਹਾਂ। ਕੈਂਸਲ ਕਰ ਦੋ ਵੀਰ ਜੀ, ਕੈਂਸਲ। ਮੈਂਗੋ ਲਿਆਓ, ਮੈਂਗੋ। ਤੈਨੂੰ ਵੀ ਬਵਾਸੀਰ ਹੈ? ਨਹੀਂ ਨਹੀਂ, ਤੂੰ ਕੈਂਸਲ ਕਰ, ਕੈਂਸਲ ਦੋਨੇ ਕਰ ਤੂੰ।